ਹਾਂਜੀ ਦੋਸਤੋ, ਸਤਿ ਸ਼੍ਰੀ ਅਕਾਲ ਜੀ ਦੋਸਤੋ। ਜਿੱਦਾਂ ਕਿ ਤੁਹਾਨੂੰ ਪਤਾ ਹੀ ਹੈ ਕਿ ਉਸਤਾਦ ਜੀ ਪੰਜਾਬੀ ਲੋਕ ਸਾਜ਼ ਆਪਣੇ ਹੱਥੀਂ ਤਿਆਰ ਕਰਦੇ ਹਨ ਅਤੇ ਵਜਾਉਣ ਦਾ ਵੀ ਬਹੁਤ ਵਧੀਆ ਢੰਗ ਸਿਖਾਉਂਦੇ ਹਨ। ਉਸਤਾਦ ਜੀ ਕੋਲ ਜਦੋਂ ਕੋਈ ਪੰਜਾਬੀ ਲੋਕ ਸਾਜ਼ ਤੁਸੀਂ ਲੈਣ ਆਉਂਦੇ ਹੋ, ਅਗਰ ਤੁਹਾਨੂੰ ਪੰਜਾਬੀ ਲੋਕ ਸਾਜ਼ ਵਜਾਉਣਾ ਨਹੀਂ ਆਉਂਦਾ, ਤੁਸੀਂ ਸਿੱਖਣਾ ਚਾਹੁੰਦੇ ਹਾਂ, ਤਾਂ ਤੁਹਾਨੂੰ ਉਸਤਾਦ ਜੀ ਪੰਜਾਬੀ ਲੋਕ ਸਾਜ਼ ਅਲਗੋਜੇ ਤੂੰਬੀ ਵਜਾਉਣ ਦਾ ਇੱਕ ਬਹੁਤ ਹੀ ਸੌਖਾ ਜਿਹਾ ਢੰਗ ਵੀ ਦੱਸਦੇ ਹਨ, ਸਮਝਾਉਂਦੇ ਹਨ, ਜਿਹਦੇ ਨਾਲ ਤੁਸੀਂ ਬਹੁਤ ਜਲਦੀ ਪੰਜਾਬੀ ਲੋਕ ਸਾਜ਼ ਖੁਦ ਪਲੇ ਕਰਨ ਲੱਗ ਜਾਂਦੇ ਹੋ। ਆਹ ਦੇਖੋ ਜੀ, ਇਸ ਤਰ੍ਹਾਂ ਪਾਣੀ ਪਾ ਲੈਣਾ ਜੀ, ਇੰਨਾ ਕੁ ਨੀਵਾਂ ਰੱਖ ਲੈਣਾ, ਨੀਵਾਂ ਰੱਖ ਕੇ ਇੰਨਾ ਕੁ ਪਾਣੀ, ਇਹ ਵੀ ਜ਼ਿਆਦਾ ਥੋੜ੍ਹਾ ਜਿਹਾ। ਇਹ ਅਲਗੋਜਿਆਂ ਵਾਸਤੇ ਹੈ ਜੀ? ਹਾਂ, ਅਲਗੋਜੇ ਸਿੱਖਣ ਵਾਸਤੇ, ਸਾਹ ਉਲਟਾਉਣਾ ਸਿੱਖਣਾ ਤੁਸੀਂ, ਸਾਹ ਉਲਟਾਉਣ ਦੀ ਵਿਧੀ। ਹਾਂ, ਡਾਟ ਲਾ ਲਓ, ਡਾਟ ਲਾ ਕੇ ਇਹਦੇ ਉੱਪਰ ਇਸ ਤਰ੍ਹਾਂ ਗਲੀ ਕੱਢ ਲਓ, ਤੁਸੀਂ ਬਹੁਤ ਛੇਤੀ ਨਗੋਜਾ ਵਜਾਉਣ ਲੱਗ ਜੂਗੇ। ਜਿਹੜੇ ਮਰਜ਼ੀ ਕਾਲਜ ਵਿੱਚ ਚਲੇ ਜਾਇਓ, ਜਿੱਥੇ ਮਰਜ਼ੀ ਕਲਾਕਾਰ ਨਾਲ ਵਜਾ ਦਿਓ, ਤੁਸੀਂ ਵਜਾ ਸਕਦੇ ਹੋ। ਲਓ ਜੀ, ਆ ਪੈ ਗਿਆ ਪੈਪ ਵਿੱਚ, ਅਤੇ ਇੱਥੇ ਨੂੰ ਆਪਣੀ ਗਲੀ ਕੱਢਣੀ ਹੈ, ਇੱਕ ਇਹਦੀ ਵਾਪਸੀ ਹਵਾ ਆਉਣ ਵਾਸਤੇ ਇੰਨੀ ਕੁ ਆ ਛੋਟੀ ਕੱਢਣੀ ਆ। ਆਹ ਦੇਖੋ, ਇਹਦੇ ਵਿੱਚ ਐਕੜ ਫੂਕ ਮਾਰੀ ਜਾਣੀ ਆ। ਆ ਸਾਡੇ ਬੁਲਬੁਲੇ ਉੱਠਦੇ ਆ, ਪਤਾ ਲੱਗਦਾ ਸਾਰਿਆਂ ਨੂੰ, ਅਤੇ ਦਿਮਾਗ ਵਿੱਚ ਸੋਚੀ ਜਾਣਾ ਵੀ ਮੈਂ ਆਦੇ ਸਾਹ ਲੈਂਦਾ ਨਾ ਜੀ, ਸਾਹ ਵੀ ਲੇ ਹੋ ਜਾਣਾ ਅਤੇ ਬੁਲਬਲੇ ਵੀ ਚੱਲਦੇ ਰਹਿਣੇ ਆ, ਹੈ ਜੀ। ਅਤੇ ਆਪਣੇ ਦਿਮਾਗ ਰਾਹੀਂ ਸੋਚਣਾ ਵੀ ਅਸੀਂ ਸਾਹ ਲੈ ਲਈਏ ਅਤੇ ਬੁਲਬਲਾ ਵੀ ਬੰਦ ਨਾ ਹੋ। ਇਹ ਇੰਨਾ ਕੁ ਨੁਕਤਾ, ਇਹਨੂੰ ਘੁਮਾ ਘੁੰਮ ਕੇ ਚਾਹੇ ਇਹਨੂੰ ਪਹਾੜ ਬਣਾ ਦਿਓ, ਚਾਹੇ ਟਿੱਬਾ ਬਣਾ ਦਿਓ। ਜੇ ਕਿਸੇ ਤੋਂ ਪੈਸੇ ਲੁੱਟਣੇ ਆ, ਆਈ ਜਾਈ ਬਈ, ਆਉਂਦਾ ਹੋਇਆ ਅਧੀਆ ਫੜ ਲਈ, ਆਉਂਦਾ ਹੋਇਆ ਸਬਜ਼ੀ ਫੜ ਲਈ, ਆਉਂਦਾ ਹੋਇਆ ਅਮਰੂਦ ਫੜ ਲਈ, ਉਹ ਨਹੀਂ ਕੰਮ ਹੈਗਾ ਸਾਡੇ ਕੋਲ, ਬਿਲਕੁਲ ਵੀ ਸੌਖਾ ਤਰੀਕਾ ਹੈ। ਫਿਰ ਦੱਸੋ ਹੈ ਜੀ, ਆਹ ਦੇਖੋ, ਤੁਸੀਂ ਇਹਦੇ ਵੀ ਫੂਕ ਮਾਰੀ ਜਾਣੀ, ਦਿਮਾਗ ਰਾਹੀਂ ਸੋਚਣਾ ਵੀ ਸਾਹ ਵੀ ਲੈ ਲਵਾਂ। ਇਹ ਅਲਗੋਜੇ ਵਜਾਉਣੇ ਸਿੱਖਣੇ ਨੇ ਤਾਂ ਏਦਾਂ ਹੱਥ ਬਾਰਾਂ ਕਰੀਓ, ਇੱਕ ਬੋਤਲ ਲੈ ਲੈਣੀ ਹੈ, ਉਹਦੇ ਵਿੱਚ ਮੋਰਾ ਕੱਢ ਕੇ ਦੋ ਮੋਰੇ ਕੱਢਣੇ, ਇੱਕ ਵਿੱਚ ਦੀ ਸਟਰੋਅ ਪਾ ਲੈਣੀ ਹੈ, ਅਤੇ ਬਸ ਐਵੇਂ ਪ੍ਰੈਕਟਿਸ ਕਰਨੀ ਹੈ। ਮਤਲਬ ਜਿਹੜੇ ਲੋਕ ਸਾਜ਼ ਨੇ ਸਿੱਖਣ ਦੇ, ਉਹਨਾਂ ਦੇ ਪੁਰਾਣੇ ਤਰੀਕੇ ਐਵੇਂ ਹੀ ਹੁੰਦੇ ਸੀ ਕਿ ਨੜਾ ਲੈ ਲੈਂਦੇ ਪਹਿਲਾਂ, ਇੱਕ ਬਾਂਹ ਜਿਹੜੀ ਆਪਣੀ ਕਲਮ ਹੁੰਦੀ ਸੀ ਉਹਨੂੰ ਕਿਸੇ ਤਲਾਬ ਦੇ ਕਿਨਾਰੇ, ਨਹਿਰ ਦੇ ਕਿਨਾਰੇ ਬੈਠ ਕੇ ਫਿਰ ਉਹਦੇ ਵਿੱਚ ਫੂਕ ਮਾਰਦੇ ਰਹਿੰਦੇ। ਅੱਜ ਕੱਲ੍ਹ ਫਿਰ ਆਪਣੇ ਲਵੇ ਸਾਇੰਸ ਆ ਗਈ ਤਾਂ, ਅਤੇ ਹਾਂਜੀ ਭਾਜੀ ਤੁਸੀਂ ਕਿੱਥੋਂ ਆਏ ਆ ਜੀ? ਕਮਾਣਾ ਹਰਿਆਣੇ 'ਚ ਪੈ ਜਾਂਦਾ ਜੀ? ਚਲੋ ਠੀਕ ਆ, ਅਤੇ ਤੁਸੀਂ ਸ਼ੌਂਕ ਰੱਖਦੇ ਆ ਪੰਜਾਬੀ ਲੋਕ ਸਾਜ਼ਾਂ ਦਾ ਹੈ ਜੀ? ਚਲੋ ਬਹੁਤ ਵਧੀਆ ਗੱਲ ਹੈ, ਤੁਸੀਂ ਆਪਣੇ ਵਿਰਸੇ ਨਾਲ ਜੁੜੇ ਹੋਏ ਹੋ। ਮੇਰੇ ਮਾਲਕ ਸੱਚੇ ਪੀਰ ਬਾਬਾ ਸ਼ਾਹ ਰੁਪਈਆ ਦਾ ਨਾਂ ਲੈਂਦਾ, ਹੌਲੀ ਹੌਲੀ ਜਾਂ ਵੀ ਹੌਲੀ ਜਿਹੀ ਫੂਕ ਮਾਰਨੀ, ਬਹੁਤਾ ਜੋ ਦਮ ਨਹੀਂ ਤਰਾਉਣਾ, ਦਿਮਾਗ 'ਚ ਹੀ ਸੋਚਣਾ ਵੀ ਮੈਂ ਸਾਹ ਵੀ ਲੈ ਲਵਾਂ, ਮੈਂ ਇੰਨਾ ਕੁ ਕੰਮ ਆ, ਹੋਰ ਕੋਈ ਜ਼ਿਆਦਾ ਚੱਕਰ ਨਹੀਂ ਹੈਗਾ। ਬਹੁਤ ਬੱਚੇ ਸਿੱਖੇ ਆ, ਤੂੰ ਤਾਂ ਨੌਜਵਾਨ ਹੈ ਤਾਂ ਛੇਤੀ ਸਿੱਖ ਜਾਣਾ, ਬਸ ਹੌਲੀ ਜਿਹੀ ਫੂਕ ਮਾਰਨੀ ਹੈ ਵੀ ਬੁਲਬੁਲਾ ਸਾਡਾ ਚੱਲਦਾ ਹੈ। ਜੇ ਆ ਜਾਵੇ ਤਾਂ ਇਹ ਪੰਜ ਮਿੰਟ ਵਿੱਚ ਵੀ ਆ ਜਾਂਦਾ, ਨਹੀਂ ਪੰਜ ਕੁ ਦਿਨ ਵੀ ਲੱਗ ਜਾਂਦੇ, ਪੰਜ ਸੱਤ ਮਿੰਟ ਰੋਜ਼ ਲਾ ਦੇਵੇ, ਦਸ ਪੰਦਰਾਂ ਮਿੰਟ ਆ ਗਿਆ ਫਿਰ ਇਹਨੂੰ? ਨਹੀਂ ਜੀ ਹਜੇ ਨਹੀਂ, ਹਜੇ ਤੱਕ ਤਾਂ ਭੁੱਖ ਬੰਦ ਨਹੀਂ ਹੋਈ ਨਾ, ਪਤਾ ਦਮ ਨਹੀਂ ਤੜਾਉਣਾ, ਸਾਹ ਲੈ ਲੈਣਾ।
ਇਹਦੇ ਨਾਲ ਤਾਂ ਫੇਫੜੇ ਵੀ ਬਹੁਤ ਆ, ਮੂੰਹ ਵਾਲੀ ਹਵਾ ਵਿੱਚ ਦੇ ਦੇਣੀ ਆ, ਨਾਸਾ ਰਾਹੀਂ ਲੈ ਕੇ ਫੇਫੜੇ ਦੇ ਉਸਤਾ ਹੀ ਹਾਂ ਹਾਂਜੀ, ਕੋਈ ਜ਼ੋਰ ਨਹੀਂ ਲੱਗਦਾ, ਕੋਈ ਕੁਛ ਨਹੀਂ ਲੱਗਦਾ, ਕੋਈ ਤਕਲੀਫ ਨਹੀਂ, ਸਾਹ ਲੈ ਸਕਦੇ ਆ ਹਾਂਜੀ, ਹਾਂ ਹਾਂ ਸਾਹ ਲੈ ਸਕਦੇ ਆ, ਨਾਕਰਾ ਹੀ ਲੈਣਾ ਸਾਹ, ਨਾਕਰਾ ਸਾਹ ਲੈਣਾ, ਇਹਦੇ ਰਾਹੀਂ ਮਾਰੀ ਜਾਣ ਜਿਹੜੀ ਆ ਗੜੀ ਤੇ ਉੱਪਰ ਹਵਾ ਨਾ ਆਏ ਵਿੱਚ ਚਲੀ ਜਾਂਦੀ ਆ, ਜਾਨੂੰ ਆਪਾਂ ਨੇ ਸਾਹ ਲੈਣਾ ਜਿਵੇਂ ਦੇਗਾ ਮੁੰਡੇ ਨੇ ਫੜ ਲਿਆ ਢੰਗ, ਦੇਖੋ ਹੁਣ ਸਾਹ ਵੀ ਲੈ ਰਿਹਾ ਔਰ ਪ੍ਰੋਪਰ ਚੱਲ ਵੀ ਰਹੀ ਆ, ਉਹਦੀ ਹਵਾ ਵੀ ਚੱਲ ਰਹੀ ਆ, ਕੋਈ ਕੁਛ ਵੀ ਦੱਸੇ ਉਹਨੂੰ ਕਹਿ ਦੇਣਾ ਬਸ ਠੀਕ ਆ ਜੀ, ਜੋ ਮੈਂ ਸਿੱਖ ਕੇ ਆਇਆ ਸੌਖਾ ਤਰੀਕਾ, ਬਦਮ ਨਹੀਂ ਚੜਾਉਣਾ ਬੇਟੇ, ਸੋ ਦੋਸਤੋ ਤੁਸੀਂ ਵੇਖਿਆ ਇਸੇ ਤਰ੍ਹਾਂ ਉਸਤਾਦ ਜੀ ਤੂੰ ਵੀ ਸਿੱਖਣ ਦਾ ਢੰਗ ਵੀ ਨਾਲ ਦੱਸਦੇ ਆ, ਤੁਸੀਂ ਹੋਰ ਕਿਤੋਂ ਵੀ ਤੂੰ ਵੀ ਅਲਗੋ ਜੇ ਲੈ ਤਾਂ ਆਉਂਗੇ, ਲੇਕਿਨ ਤੁਹਾਨੂੰ ਸਿੱਖਣ ਦਾ ਢੰਗ ਨਹੀਂ ਮਿਲਣਾ, ਉਹ ਤੁਹਾਨੂੰ ਉਸਤਾਦ ਜੀ ਤੋਂ ਬੜਾ ਹੀ ਵਧੀਆ ਢੰਗ ਹੈ, ਬਾਕੀ ਦਾ ਕੋਈ ਵੀ ਰੋਲ ਨਹੀਂ ਹੈਗਾ, ਅੱਛਾ ਜੀ, ਬਾਕੀ ਦਾ ਇੱਕ ਭੰਗੜੇ ਵਾਲਾ ਦੂਏ ਨੂੰ ਭੰਗੜਾ ਪਾਉਣ ਲਾ ਲੈਂਦਾ, ਇਸੇ ਤਰ੍ਹਾਂ ਇਹ ਉਂਗਲੀਆਂ ਦਾ ਕੰਮ ਆ ਤੇ ਸਰ ਉਸਤਾਦ ਜੀ ਇਹਦੇ ਵਿੱਚ ਕੋਈ ਸਾਰੇ ਗਾਵਾਂ ਦਾ ਕੋਈ ਚੱਕਰ ਨਹੀਂ, ਸਾਰੇ ਗਾਵਾਂ ਨਹੀਂ ਗਲਤ ਹੈ ਕੰਮ ਜਿਹੜੇ ਕਹਿ ਰਹੇ ਆ, ਮੈਂ ਗਲਤ ਕਹੂੰਗਾ ਉਹਨਾਂ ਨੂੰ, ਅੱਛਾ ਜੀ, ਸਾਡਾ ਸਾਰੇ ਗਮ ਦਾ ਕਿਆ ਮਤਲਬ, ਕੋਈ ਹਾਰਮੋਨੀਅਮ ਹੈ ਕੈਚੀ ਆ, ਕਿੱਥੇ ਸਾਰੇ ਗਮ ਨੇ ਫੋਕ ਸਾਜ ਆ ਪੰਜਾਬ ਦਾ, ਜਮਲੇ ਜੀ ਨੇ ਸਾਰੇ ਗਮ ਲਾਇਆ ਐਕਣ ਗਾ, ਧੀਰੇ ਨਹੀਂ ਕਰਾਰਾ ਮੈਨੂੰ ਕੱਟੇ ਹਰੇ, ਤੇਰੇ ਨੀ ਕਰਾਰਾ ਮੈਨੂੰ ਕੱਟਿਆ, ਬਸ ਮੈਂ ਕੀ ਪਿਆਰ ਵਿੱਚੋਂ ਖੱਟਿਆ, ਤੇਰੇ ਨੀ ਕਰਾਰਾ ਮੈਨੂੰ ਕੱਟਿਆ, ਦੱਸ ਸਾਰੇ ਗਾਵਾਂ ਇਹਦੇ 'ਚ, ਤੂੰ ਵਿੱਚ ਕੋਈ ਸਾਰੇ ਗਾਵਾਂ ਤੇ ਬਸ ਕੀਲੀ ਤੇ ਸੁਰ ਕਰਨੀ ਆ ਤੂੰ ਵੀ, ਹਾਂ ਤੂੰ ਸੁਰ ਕਰ ਲੈਣੀ, ਆਸ਼ਕਾਂ ਦਾ ਕੰਮ ਹੁੰਦਾ ਲਾ ਕੇ ਨਵਾਉਣ ਦਾ, ਜਿਹੜਾ ਜਾਵੇ ਛੱਡੇ ਉਹਨੂੰ ਮੇਰਾ ਏ ਜਾਨ ਦਾ, ਐਕਣੀ ਗਾਈਏ ਦੇਖੋ ਜਮਲਾ ਜੀ, ਉੱਪਰੋਂ ਸ਼ੁਰੂ ਕਰ ਲਈ ਜਮਲਾ ਜੀ, 3 ਘੰਟੇ ਦਾ ਸਤਸੰਗ 3 ਮਿੰਟਾਂ 'ਚ ਸੁਣਾ ਕੇ ਸੁਣਾ ਗਏ ਲੋਕਾਂ ਨੂੰ, ਇੱਕ ਉਹਦੇ ਨਾਲ ਸਤਿਗੁਰੂ ਨਾਨਕ ਆ ਜਾ, ਹੈ ਜੀ ਹੈ, ਜੋ ਵੀ ਉਹ ਗੀਤ ਗਾ ਜੇ, ਜਗਤਾ ਭਗਤਾ ਗਾ ਜੇ, ਸਤਿਗੁਰੂ ਨਾਨਕ ਤੇਰੀ ਲੀਲਾ ਨਿਆਰੀ ਆ, ਹੈ ਜੀ ਕਿੰਨਾ ਕੁਛ ਗਾ ਗਏ, ਜੰਗਲ ਦੇ ਵਿੱਚ ਕੂਆ ਲਵਾ ਦੇ, ਉੱਤੇ ਲਵਾ ਦੇ ਡੋਲ, ਹੈ ਜੀ ਉਹਦੇ ਵਿੱਚ ਮਾੜੇ ਜਿਹੇ ਪੋਟੇ ਲਾਏ ਉਹਨਾਂ ਨੇ, ਜੰਗਲ ਦੇ ਵਿੱਚ ਕੁਆ ਲਵਾ ਦੇ, ਉੱਤੇ ਪਵਾ ਦੇ ਡੋ, ਹੋ ਜੰਗਲ ਦੇ ਵਿੱਚ ਕੁਆ ਲਵਾ ਦੇ, ਉੱਤੇ ਪਵਾ ਦੇ ਡੋ, ਸਕੀਆ ਨਾਮ ਸਾਈਂ ਗਾਈ ਰੋ, ਨਾਮ ਸਾਈਂ ਗਾਵੋ, ਸਕੀਆ ਨਾਮ ਸਾਈਂ ਗਾਈ ਰੋ, ਸੋ ਦੋਸਤੋ ਇਹ ਹੈ ਪੀਰ ਬਾਬਾ ਸ਼ਾਵਰ ਪੀਆ ਜੀ ਦਾ ਦਰਬਾਰ, ਜਿੱਥੇ ਬੈਠ ਕੇ ਉਸਤਾਦ ਜੀ ਪੰਜਾਬੀ ਲੋਕ ਸਾਜ਼ਾਂ ਦੀ ਸੇਵਾ ਨਿਭਾ ਰਹੇ ਆ, ਬਣਾ ਵੀ ਰਹੇ ਆ, ਵੰਡ ਵੀ ਰਹੇ ਆ ਔਰ ਸਿਖਾ ਵੀ ਰਹੇ ਆ, ਸੋ ਬਾਕੀ ਧੰਨਵਾਦ ਸਾਡੇ ਪੰਜਾਬੀ ਦੋਸਤਾਂ ਦਾ ਜਿਹੜੇ ਆਪਣੇ ਵਿਰਸੇ ਨੂੰ ਪਿਆਰ ਕਰਦੇ ਆ, ਆਪਣੀ ਵਿਰਾਸਤ ਨਾਲ ਜੁੜੇ ਹੋਏ ਆ, ਵਿਰਾਸਤੀ ਮਿਊਜ਼ਿਕ ਨਾਲ ਜੁੜੇ ਹੋਏ ਆ।
ਜੇ ਦੋਸਤੋ ਤੁਸੀਂ ਇਸ ਮਿਊਜ਼ਿਕ ਨੂੰ ਪਿਆਰ ਕਰਦੇ ਆ, ਤੁਸੀਂ ਤੂੰਬੀਆਂ ਅਲਗੋਜਿਆਂ ਨੂੰ ਆਪਣੀ ਵਿਰਸੇ ਨੂੰ ਪਿਆਰ ਕਰਦੇ ਆ, ਤਾਂ ਉਸਤਾਦ ਜੀ ਬਣਾਉਂਦੇ ਆ। ਜੇ ਤੁਸੀਂ ਲੈ ਕੇ ਜਾਂਦੇ ਆ ਤਾਂ ਉਸਤਾਦ ਜੀ ਬਣਾਉਂਦੇ ਆ। ਸੋ ਸਭ ਤੋਂ ਜ਼ਿਆਦਾ ਧੰਨਵਾਦ ਤਾਂ ਤੁਹਾਡਾ ਹੈ ਦੋਸਤੋ। ਸਾਡੇ ਚੈਨਲ ਨੂੰ ਫੋਲੋ ਜ਼ਰੂਰ ਕਰ ਲੈਣਾ ਜੀ, ਔਰ ਇਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਨਾ, ਲਾਈਕ ਔਰ ਕਮੈਂਟ ਜ਼ਰੂਰ ਕਰਨਾ ਜੀ। ਧੰਨਵਾਦ ਦੋਸਤੋ, ਥੈਂਕ ਯੂ ਜੀ।